ਆਵਾਜ਼ ਕਿ ਨਹੀਂ ਨਿਕਲਦੀ ਹੈ ਹੁਣ ਬੱਲੇ ਬੱਲੇ ਜਿਹੜਾ ਹੈ ਕਿ ਵਿਮੈਨ ਰਾਈਟਸ ਦੇ ਖਿਲਾਫ ਤੁਸੀਂ ਅਪੀਲ ਕਰ ਸਕਦੀਆਂ ਹੋ ਹਾਈ ਕੋਰਟ ਸੁਪਰੀਮ ਕੋਰਟ ਕਿਤੇ ਵੀ ਜਾ ਸਕਦੀਆਂ ਥਾਣੇ ਖੁੱਲ੍ਹੇ ਨੇ ਇਸ ਵਾਸਤੇ ਔਰ ਮਿਹਨਤ ਕਰੋ ਔਰ ਮਿਹਨਤ ਦੀ ਜ਼ਰੂਰਤ ਹੈ ਤੁਸੀਂ ਠੀਕ ਹੈ ਸੁਰ ਸੁਰ ਤਾਲੀਆਂ ਠੀਕ ਹੈ ਫਿਰ ਵੀ ਔਰ ਸੁਰ ਪੱਕਾ ਹੋਈ ਅਗਰ ਤੁਸੀਂ ਔਰ ਰਿਆਜ਼ ਕਰਗੇ ਤਾਂ ਔਰ ਸੁਰ ਪੱਕਾ ਹੋ ਜਾਏਗਾ ਅੱਛੀ ਕੋਸ਼ਿਸ਼ ਕੀਤੀ ਤੁਸੀਂ ਬਾਕੀ ਮੈਰਿਡ ਹੋਣ ਦੇ ਬਾਵਜੂਦ ਵੀ ਤੁਸੀਂ ਫੈਮਿਲੀ ਸਪੋਰਟ ਨਹੀਂ ਰਹਿੰਦੀ ਹੈ ਫੈਮਿਲੀ ਸਪੋਰਟ ਸਰ ਠੀਕ ਰਹਿੰਦੀ ਹੈ ਪਹਿਲੇ ਤਾਂ ਵਿਆਹ ਨਹੀਂ ਵਾਈਸ ਆਫ ਟੁਕਰ ਸੁਸ਼ਮਾ ਜੀ ਹਾਂਜੀ ਸਰ ਤੁਸੀਂ ਕੁਦਰਾ ਹੋ ਮੈਂ ਕਟਰੇ ਰਹਿੰਦੀ ਆ ਲਈ ਸਰ ਅੱਛਾ ਅੱਛਾ ਤੇ ਇੱਥੇ ਤੱਕ ਦਾ ਜਿਹੜਾ ਸਫ਼ਰ ਰਿਹਾ ਕਿਨਿਆ ਰਿਹਾ ਬੜਾ ਸ਼ੈਲ ਲੱਗਿਆ ਬੜਾ ਇੰਜੋਏ ਕੀਤਾ ਇਸੀ ਫੰਕਸ਼ਨ ਕੀ ਅਸੀਂ ਜਿਹੜਾ ਵੀ ਆਪਣਾ ਡੋਗਰਾ ਚੈਨਲ ਕਰਵਾਇਆ ਕਰਦਾ ਹੈ ਕਿਉਂਕਿ ਇੰਨਾ ਬਾਕੀ ਕਲਾਸੀਕਲ ਸਿੱਖਣ ਵਾਸਤੇ ਬਹੁਤ ਪਲੇਟਫਾਰਮ ਹਾਂ ਪਰ ਮੈਨੂੰ ਸ਼ੌਕ ਹੈ ਡੋਗਰੀ ਵਿੱਚ ਗਾਣੇ ਦਾ ਵੀ ਸ਼ੌਕ ਹੈ ਔਰ ਸੁਣਨੇ ਦਾ ਵੀ ਸ਼ੌਕ ਹੈ ਔਰ ਇਹ ਫਸਟ ਐਂਡ ਲਾਸਟ ਇਹੀ ਸਟੇਜ ਹੀ ਕਿ ਜਿੱਥਾਂ ਅਸੀਂ ਗਾਈ ਵੀ ਸਕਦੇ ਹੋ ਅਤੇ ਸੁਣੀ ਵੀ ਸਕਦੇ ਹੋ ਤੁੱਪਿਆ ਬੜਾ ਅਸੀਂ ਯੂਟਿਊਬ ਪਰ ਪੁਰਾਣੇ ਜਿਹੜੇ ਗੀਤ ਪਰ ਲੱਭੇ ਨਹੀਂ ਪਰ ਇੱਥੇ ਜਿਹੜੇ ਨਾ ਉਹ ਚੀਜ਼ ਅਸੀਂ ਸਿੱਖਣੇ ਵੀ ਲੱਭਾ ਕਰਦੀ ਹੈ ਅਤੇ ਗਾਣੇ ਵੀ ਹਨ ਕਿ ਅਸੀਂ ਮੌਕਾ ਵੀ ਲੱਗਿਆ ਪਿਛਲਾ ਰਾਊਂਡ ਪਾਸ ਹੋਈ ਆ ਇੱਥੇ ਵੀ ਮੌਕਾ ਲੱਗਿਆ ਅੱਗੇ ਦਿਖ ਲੈਂਦੇ ਹਾਂ ਕਿ ਬਣਨਾ ਹੈ ਉਹ ਪਤਾ ਹੀ ਨਹੀਂ ਹੈ ਚਲੋ ਪਰ ਇਹ ਹੈ ਕਿ ਬੜਾ ਮਜ਼ਾ ਆਵਾ ਕਰਦਾ ਹੈ ਤੁਸੀਂ ਸਿੱਖਿਆ ਦਾ ਕੁਦੇ ਸਰ ਪਹਿਲਾਂ ਸਿੱਖਦੀ ਸੀ ਵਿਆਹ ਕਸ਼ਾ ਪਹਿਲਾਂ ਕੋਈ 7-8 ਸਾਲ ਪਹਿਲਾਂ ਯਸ ਸਰ ਕਾ ਸਿੱਖਦੀ ਸੀ ਅਤੇ ਉਹਦੇ ਕਸ਼ਾ ਕੇ ਪ੍ਰੇਰਨਾ ਮਿਲੀ ਕਿ ਡੋਗਰੀ ਗੀਤ ਉਸ ਸ਼ੈਲ ਗਾਉਂਦੇ ਹੋ ਅਤੇ ਡੋਗਰੀ ਗੀਤ ਜਿਹੜੇ ਕੰਟੀਨਿਊ ਰੱਖਿਓ ਫਿਰ ਵਿੱਚ ਗੈਪ ਆਈਏ ਕੰਟੀਨਿਊ ਨਹੀਂ ਹੋਇਆ ਪਰ ਜਿਸ ਵੇਲੇ ਇਹ ਚੈਨਲ ਸਟਾਰਟ ਹੋਇਆ ਮੌਕਾ ਵੀ ਮਿਲਿਆ ਹੈ ਗਾਣੇ ਦਾ ਅਤੇ ਫਿਰ ਸਟਾਰਟ ਕੀਤਾ ਮੈਨੂੰ ਲੱਗਦਾ ਅਸੀਂ ਦੁਬਾਰਾ ਸਟਾਰਟ ਕੀਤਾ ਹੈ ਮੈਨੂੰ ਲੱਗਦਾ ਜਿੱਥੇ ਤੱਕ ਤਾਂ ਇੱਕ ਡੋਗਰੀ ਦਾ ਫਿਰ ਇੱਕ ਦੌਰ ਆਈਦਾ ਹਾਂਜੀ ਜਿੱਥੇ ਪੰਜਾਬੀ ਨਾ ਵੱਜਦੇ ਹੁੰਦੇ ਹੈ ਗੀਤ ਹਰ ਵਿਆਹ ਫੰਕਸ਼ਨ ਵਿੱਚ ਅੱਜ ਮੈਨੂੰ ਲੱਗਦਾ ਡੋਗਰੀ ਗੀਤ ਕੇ ਵੱਜਦੇ ਹਨ ਅਤੇ ਅਸੀਂ ਸਾਰਿਆਂ ਵਾਸਤੇ ਇੱਕ ਬੜਾ ਇੱਕ ਖੁਸ਼ੀ ਦੀ ਗੱਲ ਹੈ ਅਤੇ ਵਾਈ ਸਾਹਿਬ ਡੁੱਗਰ ਦਾ ਇੱਕ ਖਾਸ ਮਕਸਦ ਵੀ ਇਹ ਹੈ ਕਿ ਆਪਣਾ ਡੋਗਰੀ ਗੀਤ ਜਿਹੜਾ ਹੈ ਬੜਾਵਾ ਦੇਣਾ ਹੈ ਅਤੇ ਅੱਜ ਤੋਂ ਸੱਚੀ ਤਿਆਰੀ ਕਰੀ ਆਏ ਉਹਨੇ ਮੇਰੇ ਖਿਆਲ ਹਾਂਜੀ ਸਰ ਕੋਸ਼ਿਸ਼ ਬਿਲਕੁਲ ਬਿਲਕੁਲ ਸੁਸ਼ਮਾ ਜੀ ਗਾਣੇ ਦੀ ਤਾਂ ਪਤਾ ਨਹੀਂ ਹੈ ਲੇਕਿਨ ਨੱਥਨੀ ਸੂਟ ਸੂਟ ਪਾਈ ਹੈ ਇਹ ਤਿਆਰੀ ਅੱਜ ਕਾਸਟਿਊਮ ਦੀ ਤਾਂ ਪੂਰੀ ਹੈ ਔਰ ਮੇਰੀ ਇੱਛਾ ਹੋ ਕੇ ਤੁਸੀਂ ਇੰਨਾ ਕੁ ਸੁੰਦਰ ਅਗਰ ਤੁਸੀਂ ਅੱਜ ਅਸੀਂ ਮੈਂ ਸੁਣਾਗਿਓ ਅਤੇ ਸੁਣਨੇ ਪਰ ਹੋਈ ਜਾਣਾ ਸੁਹਾਗਾ ਹੋਈ ਜਾਣਾ ਪਲੀਜ਼ ਕੈਰੀ ਆਨ ਮਾਈਕ ਪਾਸ ਕਰ ਲੋ ਥੋੜਾ ਬੋਇਆ ਓ ਪਸਾਰੀਆ ਬੈਠਨੇ ਗੀ ਦਿਨੀ ਅਤੀ ਜੋ ਪੰਦ ਤੇ ਪੰਦ ਵੇ ਲਲਾਰੀਆ ਅੰਗ ਵੇ ਲਲਾਰੀਆ ਹੋ
ਬੜਾ ਸ਼ੈਲ ਸੁਸ਼ਮਾ ਗੁਰੂ ਜੀ, ਗਾਇਆ ਵੀ ਸ਼ੈਲ, ਰੇਂਜ ਵੀ ਅੱਛੀ ਹੈ, ਔਰ ਸੁਰੇਂਜ 'ਚ ਮਾੜਾ ਮੋਟਾ ਏਅਰ ਫੇਰ ਹੈ, ਲੇਕਿਨ ਕੋਈ ਗੱਲ ਨਹੀਂ, ਓਵਰਆਲ ਅੱਛੀ ਪਰਫੋਰਮੈਂਸ ਸੀ ਤੁਹਾਡੀ। ਸੁਸ਼ਮਾ ਜੀ, ਸ਼ੈਲ ਕੋਸ਼ਿਸ਼ ਕੀਤੀ ਤੁਸੀਂ? ਹਾਂਜੀ ਮੈਡਮ ਜੀ। ਸ਼ੈਲ ਗੀਤ ਗਾਇਆ ਤੁਸੀਂ, ਧੰਨਵਾਦ ਮੈਡਮ ਜੀ। ਔਰ ਮਿਹਨਤ ਕਰੋ, ਔਰ ਮਿਹਨਤ ਦੀ ਜ਼ਰੂਰਤ ਹੈ ਤੁਸੀਂ, ਠੀਕ ਹੈ? ਸੁਰ ਸੁਰ ਤਾਲੀਆਂ ਠੀਕ ਹੈ, ਫਿਰ ਵੀ ਔਰ ਸੁਰ ਪੱਕਾ ਹੋਈ, ਅਗਰ ਤੁਸੀਂ ਔਰ ਰਿਆਜ਼ ਕਰਕੇ ਤਾਂ ਔਰ ਸੁਰ ਪੱਕਾ ਹੋ ਸਕਦਾ ਤੁਹਾਡਾ, ਔਰ ਬੈਟਰ ਹੋ ਸਕਦਾ ਇਹਦੇ ਕੋਲੋਂ ਵੀ, ਠੀਕ। ਆਲ ਦਾ ਬੈਸਟ ਸੁਸ਼ਮਾ ਜੀ, ਅੱਛੀ ਕੋਸ਼ਿਸ਼ ਕੀਤੀ ਤੁਸੀਂ। ਬਾਕੀ ਮੈਰਿਡ ਹੋਣ ਦੇ ਬਾਵਜੂਦ ਵੀ ਤੁਸੀਂ ਫੈਮਿਲੀ ਸਪੋਰਟ ਨਹੀਂ ਰਹਿੰਦੀ ਹੈ? ਫੈਮਿਲੀ ਸਪੋਰਟ ਸਰ ਠੀਕ ਰਹਿੰਦੀ ਹੈ, ਪਹਿਲੇ ਤਾਂ ਵਿਆਹ ਨਹੀਂ ਕਿਸ਼ਾ, ਬਾਅਦ 'ਚ ਇੱਕ ਝਾਕਾ ਹੁੰਦਾ ਸੋਨੀਆ ਦੇ ਘਰ, ਬੰਦਾ ਇਹ ਵੀ ਨਹੀਂ ਗਾਈ ਸਕਦਾ, ਬੜਾ ਅੱਛਾ ਬਾਕੀਆਂ ਲਈ ਹੋ ਤੁਸੀਂ ਬਿਲਕੁਲ, ਔਰ ਤੁਸੀਂ ਔਰ ਕੋਸ਼ਿਸ਼ ਕਰਨੀ ਤਾਂ ਕਿ ਅੱਗੇ ਔਰ ਅੱਛਾ ਕਰ ਸਕੋ। ਆਲ ਦਾ ਬੈਸਟ।